हाँ जी दोस्तों, सत श्री अकाल जी सारे नूं। ये झोटी खड़ी है जी जिहड़ी गोपी मोरा बुल बनदी आ ते फॉर सेल आ, जिहड़ी मूहों मेरा ख्याल आ दो दिन दी आ, तां बहुत ही ज़्यादा वधिया झोटी आ ते बहुत ही ज़्यादा वधिया आर्डर कढ़ना इहने, तां बहुत ही ज़्यादा उम्मीदां ने इहदे तों वी सोहणा दुद्ध कढ़ूगी। ਤਾਂ ਜਿਹੜੀ ਬਣਤਰ ਆ ਆਰਡਰ ਦੀ ਉਹ ਬਹੁਤ ਵਧੀਆ, ਅਤੇ ਬੈਕ 'ਤੇ ਵੀ ਬਹੁਤ ਆਰਡਰ ਆ, ਅਤੇ ਪਿੱਠ ਪੋੜੇ ਦੀ ਜਿਹੜੀ ਬਨਾਵਟ ਆ ਉਹ ਤਾਂ ਇੱਕ ਵੱਖਰੀ ਤਰ੍ਹਾਂ ਦੀ ਆ। ਚੱਲ ਪੁੱਤੋ ਏ ਗਾਹ ਹੋ ਜਾ ਮੜੀ ਜੀ, ਮੂੰਹੋਂ ਤਕਰੀਬਨ ਦੋ ਦੰਦ ਹੀ ਹੋਊ ਮੇਰਾ ਖਿਆਲ ਆ, ਬਾਕੀ ਬਈ ਦੰਦ ਪੱਟਿਆਂ ਤੋਂ ਪਤਾ ਲੱਗਣਾ, ਅਤੇ ਸਿੰਗ ਬਿਲਕੁਲ ਕੁੰਡੇ ਆ, ਅਤੇ ਆਰਡਰ ਦੀ ਬਣਤਰ ਆ ਜਿਹੜੀ ਉਹ ਬਹੁਤ ਵਧੀਆ ਗੀ। ਤਾਂ ਇਹ ਝੋਟੀ ਹੈ ਜੀ ਗੋਪੀ ਬਣਦੀ, ਮੈਂ ਜਾਊਂਗਾ ਭੂਆ ਹਲੇ ਨਹੀਂ। ਤਾਂ ਬਹੁਤ ਵਧੀਆ ਝੋਟੀ ਆ, ਕੱਦ ਵਿੱਢ ਬਥੇਰਾ ਗਾ, ਸਿੰਘ ਬਥੇਰੇ ਕੁੰਡੇ ਆ, ਕੋਈ ਜ਼ਿਆਦਾ ਝਾਲਰ ਵੀ ਹੈ ਨਹੀਂ, ਤਾਂ ਕੋਠੇ ਦੁਲਟਾਂ ਦੇ ਨਿਰਮਲ ਦੁਲਟ ਦੇ ਘਰੇ ਆ, ਤਾਂ ਬਹੁਤ ਜ਼ਿਆਦਾ ਸੋਹਣੀ ਝੋਟੀ ਆ। ਬਸ ਤੋਏ ਕਮਲੀ ਹੋਈ ਆ, ਬਸ ਖੜੀ ਆ ਭੂਆ, ਖੜੀ ਆ ਛੇੜੀ ਨੇ ਬਸ, ਅਤੇ ਫੋਰ ਸੇਲ ਆ ਜੀ। ਪਿੱਠ ਪੁੜੇ ਦੀ ਬਣਤਰ ਆ ਜਿਹੜੀ ਉਹ ਬਹੁਤ ਵਧੀਆ। ਹਾਲ ਬਿਲਕੁਲ ਠੀਕ ਆ ਗੱਗੂ, ਤੂੰ ਦੱਸ ਹਰਵਿੰਦਰ ਸਿੰਘ ਗੱਗੂ ਜੀ ਕੀ ਹਾਲ ਆ? ਵੀਰੋ ਜਿਹੜੇ ਤੁਹਾਡੇ ਸਾਹਮਣੇ ਆ, ਅਤੇ ਬਾਕੀ ਆਪਣੇ ਕੋਲ ਨਵਾਬ ਬੁੱਲ ਦੇ ਰਿਜ਼ਲਟ ਵੀ ਥੋੜ੍ਹੇ ਟਾਈਮ ਤੱਕ ਆਉਣ ਵਾਲੇ ਆ, ਉਹ ਵੀ ਤੁਹਾਨੂੰ ਦਿਖਾਵਾਂਗੇ ਵੀ ਕੀ ਨੇ। ਇੱਕ ਝੋਟੀ ਤਾਂ ਸੂਈ ਹੋਈ ਆ, ਉਹ ਨੌਵੇਂ ਕੁ ਦਿਨ ਚੱਲਦੀ ਆ, ਬਾਕੀ ਦੱਸਾਂਗੇ ਕਿ ਦੋ ਤਿੰਨ ਦਿਨਾਂ 'ਚ ਬਣ ਜਾਣ ਦਿਓ, ਜਦੋਂ ਪੂਰੀ ਤਿਆਰ ਹੋ ਗਈ ਨਾ ਉਦੋਂ ਮੈਨੂੰ ਦੱਸਿਓ।